ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਗੱਲ ਕਰਾਂਗੇ ਸੈਕੰਡ ਸਟੀਮਲਸ ਚੈੱਕ ਬਾਰੇ ਕੀ ਲੇਟੈਸਟ ਅਪਡੇਟ ਆਈ ਹੈ ਸਰਕਾਰ ਵੱਲੋਂ ਕਿਹੜੇ ਕਿਹੜੇ ਪ੍ਰੋਪੋਜ਼ਲਾਂ ਨੂੰ ਲੈ ਕੇ ਗੱਲਬਾਤ ਕੀਤੀ ਜਾ ਰਹੀ ਹੈ ਔਰ ਇਹ ਜਿਹੜਾ ਸੈਕੰਡ ਸਟੀਮਲਸ ਚੈੱਕ ਹੈਗਾ ਇਹ ਕਦੋਂ ਤੱਕ ਪਾਸ ਹੋਵੇਗਾ ਸਾਰੀ ਅਸੀਂ ਇਸ ਵੀਡੀਓ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗੇ ਸੋ ਜੇਕਰ ਅਜੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਥੱਲੇ ਸਬਸਕ੍ਰਾਈਬ ਬਟਨ ਤੇ ਕਲਿੱਕ ਕਰੋ ਔਰ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਿੰਨੇ ਹਾਂ ਸੈਕੰਡ ਸਟੀਮਲਸ ਚੈੱਕ ਨੂੰ ਲੈ ਕੇ ਸਰਕਾਰ ਦੇ ਦੁਆਰਾ ਜਿਹੜੇ ਪ੍ਰਪੋਜ਼ਲਾਂ ਨੂੰ ਲੈ ਕੇ ਹੁਣ ਗੱਲਬਾਤ ਕੀਤੀ ਜਾ ਰਹੀ ਹੈ ਉਹਨਾਂ ਵਿੱਚੋਂ ਹੈ ਨੰਬਰ 1 ਤੇ ਹੀਰੋ ਸੈੱਟ ਇਹ ਜਿਹੜਾ ਬਿੱਲ ਹੈਗਾ ਵੈ ਪਿਛਲੇ ਮਹੀਨੇ ਮਈ 15 ਨੂੰ 하우스 ਆਫ ਰੀ ਪ੍ਰੈਜ਼ੈਂਟੇਟਿਵ ਦੇ ਵਿੱਚ ਪਾਸ ਹੋ ਚੁੱਕਿਆ ਹੈ ਸੋ ਇਹ ਬਿਲ ਜਿਹੜਾ ਲਿਆਂਦਾ ਗਿਆ ਸੀ ਡੈਮੋਕ੍ਰੈਟਿਕ ਪਾਰਟੀ ਵੱਲੋਂ ਉਹਨਾਂ ਦਾ ਕਹਿਣਾ ਸੀ ਕਿ ਜਿਹੜੇ ਲੋਕ ਐਲੀਜੀਬਲ ਹੈਗੇ ਆ ਉਹਨਾਂ ਨੂੰ 1200 ਡਾਲਰ ਦੁਬਾਰਾ ਦਿੱਤਾ ਜਾਵੇ ਉਹ ਦੂਸਰੇ ਨੰਬਰ ਤੇ ਉਹਨਾਂ ਨੇ ਕਿਹਾ ਸੀ ਉਸ ਬਿਲ ਵਿੱਚ ਕਿ ਜਿਹੜਾ 600 ਡਾਲਰ ਲੋਕਾਂ ਨੂੰ ਅਨਇਮਪਲੋਇਮੈਂਟ ਦਾ ਜਿਹੜਾ ਐਕਸਟਰਾ ਮਿਲ ਰਿਹਾ ਹੈਗਾ ਵੈ ਜਿਸ ਦੀ ਅਵਧੀ ਅਗਲੇ ਮਹੀਨੇ ਜੁਲਾਈ 31 ਨੂੰ ਖਤਮ ਹੋ ਜਾਊਗੀ ਸੋ ਉਹਨਾਂ ਨੇ ਕਿਹਾ ਸੀ ਕਿ ਇਸ ਨੂੰ ਐਕਸਟੈਂਡ ਕੀਤਾ ਜਾਵੇ ਇਸ ਨੂੰ ਵਧਾ ਕੇ ਜਨਵਰੀ 2021 ਤੱਕਰ ਕੀਤਾ ਜਾਵੇ ਪਰ ਰਿਪਬਲਿਕਨ ਪਾਰਟੀ ਅਤੇ ਪ੍ਰੈਜ਼ੀਡੈਂਟ 트੍ਰੰਪ ਦੇ ਦੁਆਰਾ ਇਸ 600 ਡਾਲਰ ਦੀ ਅਬਦੀ ਨੂੰ ਵਧਾਉਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਕਰੋਨਾ ਵਾਇਰਸ ਦੇ ਕਾਰਨ ਦੇਸ਼ ਦੀ ਇਕਨੋਮੀ ਬਹੁਤ ਹੀ ਡਾਊਨ ਹੋ ਚੁੱਕੀ ਹੈ ਸੋ ਹੁਣ ਯੂਐਸਏ ਦੀਆਂ ਲਗਭਗ ਸਾਰੀਆਂ ਸਟੇਟਾਂ ਰੀਓਪਨ ਹੋ ਰਹੀਆਂ ਨੇ ਸੋ ਲੋਕਾਂ ਦਾ ਜਿਹੜਾ ਕੰਮਾਂ-ਕਾਜਾਂ ਤੇ ਜਾਣਾ ਬਹੁਤ ਹੀ ਜ਼ਰੂਰੀ ਹੈ ਤਾਂ ਜੋ ਜਿਹੜੀ ਇਕਨੋਮੀ ਹੈਗੀ ਹੈ ਉਸ ਨੂੰ ਸਹੀ ਕੀਤਾ ਜਾ ਸਕੇ ਸੋ ਉਹਨਾਂ ਨੇ ਕਿਹਾ ਜਿਹੜਾ 600 ਡਾਲਰ ਸੀ ਲੋਕਾਂ ਨੂੰ ਅਨਐਮਪਲੋਇਮੈਂਟ ਦਾ ਜਿਹੜਾ ਘਰਾਂ ਵਿੱਚ ਬੈਠੇ ਜਿਹੜਾ ਦੇ ਰਹੇ ਹੈਗੇ ਆ ਇਹ ਇੱਕ ਡਿਸਇਨਸੈਂਟਿਵ ਹੈਗਾ ਵੈ ਸੋ ਤੁਹਾਨੂੰ ਦੱਸ ਦਈਏ ਯੂਨੀਵਰਸਿਟੀ ਆਫ ਚਿਕਾਗੋ ਨੇ ਇੱਕ ਅਨਲਾਈਸਿਸ ਕੀਤਾ ਹੈਗਾ ਉਹਨਾਂ ਨੇ ਦੇਖਿਆ ਕਿ ਯੂਐਸਏ ਦੇ ਵਿੱਚ ਜਿਹੜੇ ਲੋਕਾਂ ਨੂੰ ਅਨਐਮਪਲੋਇਮੈਂਟ ਬੈਨੀਫਿਟਸ ਦੇ ਜਿਹੜੇ 600 ਡਾਲਰ ਐਕਸਟਰਾ ਜਿਹੜੇ ਮਿਲਦੇ ਹੈਗੇ ਆ ਵੀਕਲੀ ਉਹਨਾਂ ਵਿੱਚ ਉਹਨਾਂ ਨੇ ਦੇਖਿਆ 68% ਲੋਕ ਐਸੇ ਨੇ ਜਿਨ੍ਹਾਂ ਨੂੰ ਪਹਿਲਾਂ ਨਾਲੋਂ ਹੁਣ ਪੈਸੇ ਜ਼ਿਆਦਾ ਮਿਲ ਰਹੇ ਨੇ ਮਤਲਬ ਜਿੰਨੇ ਪੈਸੇ ਉਹ ਜੋਬ ਤੇ ਮਿਲਦੇ ਸੀ ਉਹਨਾਂ ਨੂੰ ਉਸ ਤੋਂ ਜ਼ਿਆਦਾ ਪੈਸੇ ਉਹਨਾਂ ਨੂੰ ਹੁਣ ਘਰ ਵਿੱਚ ਬੈਠਿਆਂ ਨੂੰ ਮਿਲ ਰਹੇ ਨੇ ਦੂਸਰੇ ਨੰਬਰ ਤੇ ਜਿਹੜੇ ਪ੍ਰੋਪੋਜ਼ਲ ਦੀ ਹੁਣ ਗੱਲਬਾਤ ਚੱਲ ਰਹੀ ਹੈਗੀ ਹੈ ਉਹ ਹੈਗਾ ਵੈ ਬੈਕ ਟੂ ਵਰਕ ਬੋਨਸ ਜਿਹੜਾ ਕਿ ਰਿਪਬਲਿਕਨ ਪਾਰਟੀ ਦੇ ਜਿਹੜੇ ਸੈਨੇਟਰ ਹੈਗੇ ਆ ਰੋਕ ਪੋਰਟਮੈਨ ਉਹਨਾਂ ਨੇ ਲਿਆਂਦਾ ਸੀ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਲੋਕ ਵੀ ਕੰਮਾਂਕਾਰਾਂ ਤੇ ਜਾਣਾ ਵਾਪਸ ਸ਼ੁਰੂ ਕਰਨਗੇ ਉਹਨਾਂ ਨੂੰ 450 ਡਾਲਰ ਵੀਕ ਦਾ ਦਿੱਤਾ ਜਾਊਗਾ ਸੋ ਇਸੇ ਤਰ੍ਹਾਂ ਦਾ ਹੀ ਇੱਕ ਹੋਰ ਪ੍ਰਪੋਜ਼ਲ ਜਿਹੜਾ ਰੱਖਿਆ ਗਿਆ ਰਿਪਰੈਜ਼ੈਂਟੇਟਿਵ ਜਿਹੜੇ ਹੈਗੇ ਆ ਕੈਬਿਨ ਵੈਰੈਟੀ ਇਹ ਵੀ ਰਿਪਬਲਿਕਨ ਪਾਰਟੀ ਦੇ ਅਗੇ ਹੈ ਇਹਨਾਂ ਨੇ ਕਿਹਾ ਹੈ ਕਿ ਜਿਹੜੇ ਲੋਕ ਕੰਮ ਤੇ ਜਾਣਾ ਸ਼ੁਰੂ ਕਰਨਗੇ ਉਹਨਾਂ ਨੂੰ ਅਪ ਟੂ 1200 ਡਾਲਰ ਦਿੱਤੇ ਜਾਣਗੇ ਸੋ ਇਹ ਜਿਹੜੇ ਦੋਨੇ ਪ੍ਰਪੋਜ਼ਲ ਹੈਗੇ ਆ ਇਹ ਦੋਨਾਂ ਪ੍ਰਪੋਜ਼ਲਾਂ ਉੱਤੇ ਕਿਸੇ ਵੀ ਹਾਊਸ ਵਿੱਚ VOTING ਨਹੀਂ ਹੋਈ ਹੈਗੀ ਹੈ ਇਹ ਸਿਰਫ ਲੈ ਕੇ ਇਹਨਾਂ ਤੇ ਗੱਲਬਾਤ ਚੱਲ ਰਹੀ ਹੈ ਡਿਸਕਸ਼ਨ ਚੱਲ ਰਹੀ ਹੈਗੀ ਹੈ ਬਾਕੀ ਪ੍ਰੈਜ਼ੀਡੈਂਟ 트੍ਰੰਪ ਵੀ ਚਾਹ ਰਹੇ ਨੇ ਕਿ ਜਿਹੜਾ 600 ਡਾਲਰ ਡੈਮੋਕ੍ਰੈਟਿਕ ਪਾਰਟੀ ਵੱਲੋਂ ਜਿਹੜਾ ਵਧਾਉਣ ਵਾਸਤੇ ਕਿ ਅਸਤੇ ਕੀਤਾ ਜਾ ਰਿਹਾ ਹੈ ਉਸ ਨੂੰ ਰਿਪਲੇਸ ਕਰਕੇ ਬੈਕ ਟੂ ਵਰਕ ਬੋਨਸ ਜਿਹੜਾ ਹੈਗਾ ਵੈ ਉਸ ਨੂੰ ਲਿਆਂਦਾ ਜਾਵੇ ਤੀਸਰੇ ਨੰਬਰ ਤੇ ਪ੍ਰੈਜ਼ੀਡੈਂਟ 트ੰਪ ਦੇ ਦੁਆਰਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਸੈਕੰਡ ਸਟਿਮਲਸ ਪੈਕੇਜ ਹੋਗਾ ਉਹਦੇ ਵਿੱਚ ਇਹ ਵੀ ਐਡ ਕੀਤਾ ਜਾਵੇ ਕਿ ਜੇਕਰ ਕੋਈ ਵੀ ਯੂਐਸਏ ਦਾ ਬੰਦਾ 2021 ਦੇ ਐਂਡ ਤੱਕਰ ਯੂਐਸਏ ਵਿੱਚ ਕਿਤੇ ਵੀ ਵਕੇਸ਼ਨ ਤੇ ਜਾਂਦਾ ਹੈ ਤਾਂ ਉਹਦੇ ਜਿਹੜੇ ਵਕੇਸ਼ਨ ਦੇ ਖਰਚੇ ਆ ਗਏ ਜਿਵੇਂ ਹੋਟਲ ਦਾ ਖਰਚਾ ਹੋ ਗਿਆ ਰੈਸਟੋਰੈਂਟ ਦਾ ਖਰਚਾ ਹੋ ਗਿਆ ਜਾਂ ਫਿਰ ਕੋਈ ਵੀ ਟੂਰਿਜ਼ਮ ਰਿਲੇਟਡ ਜਿਹੜੇ ਖਰਚੇ ਆ ਗਏ ਆ ਉਹਨਾਂ ਨੂੰ ਪੂਰਾ ਕਰਨ ਵਾਸਤੇ ਉਸ ਨੂੰ 4000 ਡਾਲਰ ਤੱਕ ਦਾ ਟੈਕਸ ਕ੍ਰੈਡਿਟ ਦਿੱਤਾ ਜਾਊਗਾ ਸੋ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਟੈਕਸ ਕ੍ਰੈਡਿਟ ਹੈਗਾ ਇਹ ਦੇਸ਼ ਦੀ ਇਕਨੋਮੀ ਨੂੰ ਸਹੀ ਕਰਨ ਵਿੱਚ ਮਦਦ ਕਰੂਗਾ ਸੋ ਇਹ ਸਾਰੇ ਪ੍ਰੋਪੋਜ਼ਲ ਆ ਉੱਤੇ ਹੁਣ ਗੱਲਬਾਤ ਕੀਤੀ ਜਾ ਰਹੀ ਹੈ ਬਾਕੀ ਜੇਕਰ ਗੱਲ ਕਰੀਏ ਸੈਕੰਡ ਸਟੀਮਲਸ ਪੈਕੇਜ ਕਦੋਂ ਤੱਕ ਅਨਾਉਂਸ ਕੀਤਾ ਜਾਊਗਾ ਕਦੋਂ ਤੱਕ ਪਾਸ ਹੋਵੇਗਾ ਤਾਂ ਪ੍ਰੈਜ਼ੀਡੈਂਟ 트ੰਪ ਦਾ ਕਹਿਣਾ ਹੈ ਕਿ ਅਗਲਾ ਜਿਹੜਾ ਪੈਕੇਜ ਹੈਗਾ ਉਹ ਬਹੁਤ ਹੀ ਵਧੀਆ ਹੈਗਾ ਵੈ ਜਿਸ ਨੂੰ ਕਿ ਬਹੁਤ ਹੀ ਜਲਦੀ ਅਨਾਉਂਸ ਕਰ ਦਿੱਤਾ ਜਾਊਗਾ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਕੁਝ ਹਫ਼ਤਿਆਂ ਤੱਕ ਇਸ ਨੂੰ ਅਨਾਉਂਸ ਕੀਤਾ ਜਾਊਗਾ ਬਾਕੀ ਯੂਐਸ ਸੈਨੇਟ ਦਾ ਕਹਿਣਾ ਹੈ ਕਿ ਸੈਕੰਡ ਸਟੀਮਲਸ ਚੈੱਕ ਜਿਹੜਾ ਹੈਗਾ ਵੈ ਉਹਦੀ ਸੰਭਾਵਨਾ ਅਗਲੇ ਮਹੀਨੇ ਜੁਲਾਈ ਵਿੱਚ ਜ਼ਿਆਦਾ ਹੈਗੀ ਹੈ ਸੋ ਸੈਨੇਟ ਦੇ ਮੈਜੋਰਟੀ ਲੀਡਰ ਮਿਚ ਮਖਾਲਨ ਦਾ ਕਹਿਣਾ ਹੈ ਕਿ ਕਾਂਗਰਸ ਨੇ ਜੇਕਰ ਸੈਕੰਡ ਸਟੀਮਲਸ ਪੈਕੇਜ ਪਾਸ ਕੀਤਾ ਤਾਂ ਉਹ ਅਗਲੇ ਮਹੀਨੇ ਜੁਲਾਈ ਵਿੱਚ ਹੋ ਸਕਦਾ ਹੈ ਸੋ ਦੇਖਦੇ ਆ ਸੈਕੰਡ ਸਟੀਮੂਲਸ ਪੈਕੇਜ ਵਿੱਚ ਕੀ ਕੁਝ ਲਿਆਂਦਾ ਜਾਂਦਾ ਹੈ ਕੀ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਸੋ ਸਾਡੀ ਨਿਗਾਹ ਲਗਾਤਾਰ ਬਣੀ ਹੋਈ ਹੈ ਜੋ ਵੀ ਇਨਫੋਰਮੇਸ਼ਨ ਆਉਂਦੀ ਹੈ ਅਸੀਂ ਤੁਹਾਨੂੰ ਤੁਰੰਤ ਅਪਡੇਟ ਕਰਾਂਗੇ ਬਾਕੀ ਜੇਕਰ ਅਜੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਥੱਲੇ ਸਬਸਕ੍ਰਾਈਬ ਬਟਨ ਤੇ ਕਲਿੱਕ ਕਰੋ ਤਾਂ ਜੋ ਜੋ ਵੀ ਲੇਟੈਸਟ ਅਪਡੇਟ ਆਵੇ ਉਹ ਤੁਹਾਡੇ ਤੱਕਰ ਪਹੁੰਚ ਸਕੇ ਓਕੇ ਜੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ